ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਉਹ ਪ੍ਰੋਗਰਾਮ ਦੀ ਸ਼ੁਰੂਆਤ ਗੁਰਫਤਿਹ ਦੀ ਸਾਂਝਲ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਟੂਡੀਓ ਦੇ ਵਿੱਚ ਗੁਰਮਤ ਗਿਆਨ ਮਿਸ਼ਨੇਟ ਕਾਲਜ ਤੋਂ ਆਪਈ ਹਰਜਿੰਦਰ ਸਿੰਘ ਜੀ ਸਭਰਾ ਪਹੁੰਚੇ ਹੋਏ ਹਨ। ਉਹਨਾਂ ਦੇ ਨਾਲ ਆਪਾਂ ਜਿਹੜੇ ਕੌਮੀ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਇਹ ਪ੍ਰਚਾਰ ਦੇ ਖੇਤਰ ਵਿੱਚ ਕਾਫੀ ਜਿਹੜਾ ਇਹ ਪੰਜਾਬ ਦੇ ਵਿੱਚ ਜਿਹੜਾ ਯੋਗਦਾਨ ਪਾ ਰਹੇ ਨੇ। ਤੇ ਉਹਦੀ ਜਿਹੜੀ ਆਉਟਪੁੱਟ ਆ ਉਹਦੇ ਬਾਰੇ ਵੀ ਇਹਨਾਂ ਕੋਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਭਾਈ ਹਰਜਿੰਦਰ ਸਿੰਘ ਜੀ ਤੁਹਾਡਾ ਸਟੂਡੀਓ ਚ ਆਉਣ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਹਰਜਿੰਦਰ ਸਿੰਘ ਜੀ ਜਿਸ ਤਰ੍ਹਾਂ ਮੌਜੂਦਾ ਜਿਹੜੇ ਕੌਮੀ ਹਾਲਾਤ ਨੇ ਜੇ ਅੱਜ ਰੋਜ਼ ਦੀਆਂ ਖਬਰਾਂ YouTube ਕੁਝ ਵੀ ਤੁਸੀਂ ਦੇਖੋ ਤੇ ਕਿੱਧਰ ਨੂੰ ਇਹ ਅਸੀਂ ਜਾ ਰਹੇ ਹਾਂ ਤੇ ਕਿੱਧਰ ਨੂੰ ਸਾਨੂੰ ਜਾਣਾ ਚਾਹੀਦਾ ਜੇ ਮੌਜੂਦਾ ਸਮੇਂ ਜਿਹੜਾ ਆਪਣਾ ਜਹੇਦਾਰਾਂ ਦੀ ਜਿਹੜੀ ਹਾਲਾਤ ਆ ਉਹ ਉਹ ਕਿਸ ਤਰੀਕੇ ਦੇ ਨਾਲ ਮਤਲਬ ਉਹ ਕੌਮ ਨੂੰ ਨਿਵੇਂਆ ਕਰ ਰਹੇ ਨੇ ਉਸ ਸਿਧਾਂਤ ਨੂੰ ਨਿਵੇਂਆ ਕਰ ਰਹੇ ਨੇ ਮੁੱਢਲੀ ਰੂਪ ਵਿੱਚ ਜੀ ਜਦੋਂ ਵੀ ਕਿਸੇ ਕੌਮ ਨੇ ਤਰੱਕੀ ਕਰਨੀ ਆ ਤਾਂ ਉਸ ਲਈ ਇਹ ਪਹਿਲੀ ਜ਼ਰੂਰੀ ਸ਼ਰਤ ਹੁੰਦੀ ਆ ਕਿ ਉਹ ਆਪਣੇ ਮੂਲ ਸਿਧਾਂਤਾਂ ਦੇ ਨਾਲ ਜੁੜੀ ਰਵੇ ਠੀਕ ਹੈ ਜੀ ਔਰ ਉਹਨਾਂ ਸਿਧਾਂਤਾਂ ਦਾ ਪਾਲਣ ਕਰਦਿਆਂ ਹੋਇਆਂ ਉਹ ਸਮੇਂ ਦੀਆਂ ਚੁਣੌਤੀਆਂ ਦੇ ਨਾਲ ਨਜਿੱਠੇ ਠੀਕ ਹੈ ਜਿਹੜੀ ਅਸੀਂ ਮੌਜੂਦਾ ਇਸ ਵੇਲੇ ਦੀ ਆਪਣੀ ਕੌਮੀ ਜਾਂ ਪੰਥਕ ਸਥਿਤੀ ਵੇਖ ਰਹੇ ਆ ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਕੌਮ ਇਸ ਗੱਲ ਵਾਸਤੇ ਹੀ ਅਵੇਅਰ ਨਹੀਂ ਹੈਗੀ ਸੁਚੇਤ ਨਹੀਂ ਹੈਗੀ ਕਿ ਉਹਦੇ ਮੂਲਕ ਸਿਧਾਂਤ ਕੀ ਨੇ ਠੀਕ ਹੈ ਜੀ ਸਾਡੀ ਬਹੁ ਗਿਣਤੀ ਜਿੰਨੀ ਵੀ ਅਸੀਂ ਵੇਖ ਰਹੇ ਆਲੇ ਦੁਆਲੇ ਉਹ ਸੁਧਾਰ ਵਾਸਤੇ ਵੀ ਠੀਕ ਹੋਣਾ ਚਾਹੀਦਾ ਠੀਕ ਹੋਣਾ ਚਾਹੀਦਾ ਇਸ ਚੀਜ਼ ਵਾਸਤੇ ਉਹ ਜਿੰਨਾ ਕੁ ਆਪਣੀ એનર્ਜੀ ਵੇਸਟ ਕਰ ਰਹੀ ਆ ਹੂੰ ਹੂੰ ਕੀ ਉਹ ਇਸ ਗੱਲ ਵਾਸਤੇ ਹੈ ਵੀ ਰਾ ਕਿ ਸਾਡੇ ਬੇਸਿਕ ਸਿਧਾਂਤ ਕੀ ਨੇ ਹੈ ਕੀ ਨਹੀਂ ਹਾਂਜੀ ਅਸੀਂ ਮੂਲਕ ਤੌਰ ਉਤੇ ਜਿਹੜੀਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲਾਸਫੀ ਆ ਉਹ ਕੀ ਕਹਿੰਦੀ ਆ ਠੀਕ ਹੈ ਜੀ ਜਦੋਂ ਅਸੀਂ ਮੂਲ ਤੋਂ ਹੀ ਅਵੇਅਰ ਨਹੀਂ ਗੇ ਫਿਰ ਅਸੀਂ ਸੁਧਾਰ ਜਿਹੜਾ ਲਿਆਵਾਂਗੇ ਵੀ ਉਹ ਕਾਹਦਾ ਲਿਆਵਾਂਗੇ ਬਿਲਕੁਲ ਇਸ ਵਾਸਤੇ ਕਈ ਵਾਰ ਲੱਗਦਾ ਵੀ ਜਿਹੜੇ ਜਿਹੜੇ ਸੁਧਾਰ ਦੀ ਅਸੀਂ ਗੱਲ ਕਰ ਰਹੇ ਆਂ ਵੀ ਉਹ ਜਿੱਥੇ ਜਾ ਕੇ ਸਾਡੀ ਈਗੋ ਹਰਟ ਹੁੰਦੀ ਆ ਸਾਡੀ ਹੌਮੈਨ ਨੂੰ ਸੱਟ ਵੱਜਦੀ ਆ ਅਸੀਂ ਉਤੋਂ ਸੁਧਾਰ ਦੀ ਗੱਲ ਸ਼ੁਰੂ ਕਰ ਲਈਏ ਠੀਕ ਹੈ ਜੀ ਬੇਸਿਕਲੀ ਕੀ ਹੋਣਾ ਚਾਹੀਦਾ ਕਿ ਇਸ ਵੇਲੇ ਸੁਧਾਰ ਜਿਹੜਾ ਵਾ ਅਸੀਂ ਆਂ ਦਾ ਕਰਨਾ ਚਾਹੁੰਦੇ ਆ ਹੂੰ ਹੂੰ ਜਾਂ ਦੂਸਰੇ ਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਆ ਠੀਕ ਹੈ ਜਦੋਂ ਕਿ ਜਿਹੜਾ ਸਾਡਾ ਕੌਮੀ ਪੱਦਰ ਦਾ ਜਾਂ ਪੰਥਕ ਪੱਦਰ ਦਾ ਜਿਹੜਾ ਸੁਧਾਰ ਹੋਣਾ ਵਾ ਉਹ ਇਸ ਗੱਲ ਇਸ ਬੇਸ ਉੱਤੇ ਹੋਣਾ ਵਾ ਕਿ ਸਾਡੇ ਜਿਹੜੇ ਗੁਰਮਤ ਦੇ ਮੂਲਕ ਸਿਧਾਂਤ ਕੀ ਨੇ ਸਾਡਾ ਕੌਮੀ ਤੌਰ ਉੱਤੇ ਜਿਹੜਾ ਚੱਲ ਚੱਲਣੇ اخلاق ਕਿਹੋ ਜਿਹਾ ਵਾ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਕੀ ਆ ਇਹਨੂੰ ਅਸੀਂ ਇੰਪਲੀਮੈਂਟ ਕਿਵੇਂ ਕਰਨਾ ਠੀਕ ਹੈ ਜਿੰਨਾ ਚਿਰ ਅਸੀਂ ਇਸ ਚੀਜ਼ ਉੱਤੇ ਆਪਣੀ ਪੂਰੀ એનર્ਜੀ ਲਾ ਕੇ ਇਸ ਗੱਲ ਦੀ ਅਸੀਂ ਆਪਸ ਵਿੱਚ ਡਿਸਕਸ ਨਹੀਂ ਕਰਦੇ ਜਾਂ ਇਹ ਇਹਦੇ ਬਾਰੇ ਅਸੀਂ ਨਹੀਂ ਸੋਚਦੇ ਮੇਰਾ ਖਿਆਲ ਉਹਨਾਂ ਚਿਰ ਸੁਧਾਰ ਦੀਆਂ ਗੱਲਾਂ ਤਾਂ ਸਾਨੂੰ ਸੁਣਨ ਵਾਸਤੇ ਚੰਗੀਆਂ ਲੱਗਣਗੀਆਂ ਪਰ ਬੇਸਿਕਲੀ ਇਹਨਾਂ ਚੋਂ ਨਿਕਲੂਗਾ ਕੁਝ ਨਹੀਂ ਜਿਸ ਤਰੀਕੇ ਨਾਲ ਮੌਜੂਦਾ ਜਿਹੜੇ ਸਮੇਂ ਦੇ ਵਿੱਚ ਜਿਹੜੀ ਸਿਕਓਮੈਂ ਬੜੀ ਦੁਬਧਾ ਦੇ ਵਿੱਚ ਪਈ ਹੈ ਤਰ੍ਹਾਂ ਤਰ੍ਹਾਂ ਦੇ ਬਿਆਨ ਹਰ ਕੋਈ ਆਪੋ ਆਪਣੀ ਜੋ ਕਿਸੇ ਦੇ ਸਮਝ ਪੈਂਦਾ ਉਹ ਦੇਈ ਜਾਂਦਾ ਆ ਤੇ ਉਹ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਜਿਹੜੀ ਅਸੀਂ ਆਪੋ ਆਪਣੀ ਗੱਲ ਕਰਦੇ ਆਂ ਜੀ ਉਹ ਤਾਂ ਇਸ ਤਰ੍ਹਾਂ ਹੁੰਦਾ ਵੀ ਜੇ ਜਿਹੜੀ ਚੀਜ਼ ਨਾਲ ਅਸੀਂ ਸਹਿਮਤ ਨਹੀਂ ਅਸੀਂ ਉਹਦੇ ਪ੍ਰਤੀ ਆਪਣਾ ਗੁੱਸਾ ਜਾਂ ਆਪਣਾ ਆਪਣੇ ਮੰਦਿਰਾਂ ਜਸ਼ ਕੱਢਦੇ ਆਂ ਕਿਉਂਕਿ ਸਾਡੇ ਕੋਲ ਸੋਸ਼ਲ ਮੀਡੀਆ ਦਾ ਇਹ ਸਾਰਾ ਸਮੁੱਚਾ ਨੈੱਟਵਰਕ ਜਿਹੜਾ ਸਾਡੇ ਕੋਲ ਹੁੰਦਾ ਠੀਕ ਹੈ ਅਸੀਂ ਉਹਦੇ ਵਿੱਚ ਆਪਣੀ ਗੱਲ ਜਿਹੜੀ ਆ ਜੋ ਸਾਨੂੰ ਹਾਕਵੀਆਂ ਕਰਨਾ ਰਾਈਟ ਵੀ ਆ ਸਾਡਾ ਪਰ ਅਸੀਂ ਕਰਦੇ ਵੀ ਆ ਪਰ ਤੁਸੀਂ ਓਵਰ ਆਲ ਵੇਖੋ ਵੀ ਅਸੀਂ ਜਿਹੜਾ ਸੁਧਾਰ ਇੱਕ ਪਾਸੇ ਲਿਆਉਣਾ ਚਾਹੁੰਨੇ ਦੂਜੇ ਪਾਸੇ ਅਸੀਂ ਇਹੋ ਜੀਆਂ ਗੱਲਾਂ ਵੀ ਕਰਦੇ ਆਂ ਜਿਹੜੀਆਂ ਨਾਲ-ਨਾਲ ਵਿਗਾੜ ਵੀ ਪੈਦਾ ਕਰਦੀਆਂ ਨੇ ਠੀਕ ਹੈ ਜੀ ਜਿਵੇਂ ਕਿ ਹੁਣ ਤੁਸੀਂ ਕਿਸੇ ਵੀ ਸਿਚੁਏਸ਼ਨ ਨਾਲ ਨਜਿੱਠਣ ਵਾਸਤੇ ਕੀ ਹੁੰਦਾ ਵਾ ਵੀ ਤੁਸੀਂ ਕਿਸੇ ਆਪਣੇ ਵਿਚਾਰ ਧਾਰਕ ਪੱਧਰ ਨੂੰ ਲੈਵਲ ਨੂੰ ਸਭ ਤੋਂ ਪਹਿਲਾਂ ਦੁਨੀਆ ਸਾਹਮਣੇ ਸ਼ੋਅ ਕਰੋ ਠੀਕ ਹੈ ਕਿ ਅਸੀਂ ਆ ਚਾਹੁੰਦੇ ਹਾਂ ਹੂੰ ਹੂੰ ਫਿਰ ਉਸ ਚੀਜ਼ ਨੂੰ ਤੁਸੀਂ ਲਾਗੂ ਕਰਨ ਵਾਸਤੇ ਸੁਧਾਰ ਕਰਨ ਵਾਸਤੇ ਤੁਸੀਂ ਇੱਕ ਸਹੀ ਰਸਤਾ ਚੁਣੋ ਠੀਕ ਹੈ ਸਾਡੇ ਚ ਕੀ ਹੁੰਦਾ ਵੀ ਕੋਈ ਧਿਰ ਗਲਤੀ ਕਰਦੀ ਆ ਹਾਂਜੀ ਦੂਸਰੀ ਧਿਰ ਉਹਦੀ ਗਲਤੀ ਨੂੰ ਲੋਕਾਂ ਦੇ ਵਿੱਚ ਜਾਨੀ ਕਿ ਅਵੇਅਰਨੈਸ ਲਿਆਉਣ ਵਾਸਤੇ ਗਲਤ ਸ਼ਬਦਾਵਲੀ ਵਰਤਦੀ ਹੈ ਔਰ ਬੜੇ ਹੀ ਭੱਦੇ ਤਰੀਕੇ ਨਾਲ ਉਹਨੂੰ ਪੇਸ਼ ਕਰਦੀ ਹੈ ਪੇਸ਼ ਕਰਦੀ ਹੈ ਠੀਕ ਹੈ ਉਹਦੇ ਨਾਲ ਕੀ ਹੁੰਦਾ ਵਾ ਵੀ ਸਾਡਾ ਅਸੀਂ ਜਿਹੜਾ ਜੋ ਸਿਰਜਣਾ ਚਾਹੁੰਨੇ ਆ ਹੂੰ ਹੂੰ ਉਹ ਆਪਣੇ ਆਪ ਡਿਸਟਰੋਏ ਹੋ ਜਾਂਦਾ ਖਤਮ ਹੋ ਜਾਂਦਾ ਹੂੰ ਹੂੰ ਕਿਉਂਕਿ ਸਾਨੂੰ ਲੱਗਦਾ ਪੀ ਅਸੀਂ ਇੱਕ ਇੱਕ ਜ਼ਹਿਰ ਪਾਸੇ ਰੱਖ ਕੇ ਦੂਜਾ ਜ਼ਹਿਰ ਸੈਪਟ ਕਰਨ ਜਾ ਰਹੇ ਹਾਂ ਤੁਹਾਡੇ ਕਹਿਣ ਤੋਂ ਮਤਲਬ ਇਹ ਆ ਕਿ ਕਈ ਵਾਰੀ ਹੋ ਸਕਦਾ ਵਾ ਕਿ ਜੇ ਅਸੀਂ ਉਹਨਾਂ ਦੇ ਨਾਲ ਸਹੀ ਲੈਂਗੁਏਜ ਦੇ ਵਿੱਚ ਗੱਲ ਕਰੀਏ ਤੇ ਅਸੀਂ ਥੋੜਾ ਕਲੋਜ਼ ਆ ਸਕੀਏ ਹੋ ਸਕਦਾ ਵੀ ਜਿਹੜੀ ਸਹੀ ਗੱਲ ਆ ਉਹ ਜਿਹੜਾ ਗਲਤ ਸਮਝ ਰਿਹਾ ਉਹ ਆਪਸ ਵਿੱਚ ਕੰਪਰੋਮਾਈਜ਼ ਕਿਤੇ ਕਰ ਸਕੀਏ ਠੀਕ ਹੈ ਦੂਸਰੀ ਇਹਦੇ ਵਿੱਚ ਇਹ ਚੀਜ਼ ਆ ਕਿ ਮੰਨ ਲਓ ਇਹ ਜਿਹੜੀ ਧਿਰ ਮੰਨ ਲਓ ਇਸ ਵੇਲੇ ਆਪਾਂ ਸੋਚ ਰਿਹਾ ਵੀ ਜਿਹੜੇ ਸਾਡੇ ਪੋਲੀਟਿਕਲ ਲੀਡਰ ਨੇ ਸਿੱਖਾਂ ਦੇ ਜਾਂ ਸਾਡੇ ਧਾਰਮਿਕ ਲੀਡਰ ਨੇ ਉਹਨਾਂ ਦੇ ਵਿੱਚ ਬੜੀ ਭਾਰੀ ਖੜੋਤ ਆ ਠੀਕ ਹੈ ਜੀ ਉਹ ਸਾਨੂੰ ਇੱਕ ਜਗ੍ਹਾ ਤੇ ਖਲੋਤਿਆਂ ਵੀ ਨਹੀਂ ਰਹਿਣ ਦੇਣਾ ਚਾਹੁੰਦੇ ਸਗੋਂ ਸਾਨੂੰ ਬੈਕ ਲੈ ਕੇ ਜਾ ਰਿਆ ਠੀਕ ਹੈ ਇੱਕ ਤਾਂ ਹੁੰਦਾ ਨਾ ਵੀ ਸਾਨੂੰ ਐਡਵਾਂਸ ਨਹੀਂ ਕਰਦੇ ਸਾਡੇ ਲੀਡਰ ਜਿਹੜੇ ਆ ਸਾਡਾ ਫਿਊਚਰ ਵਿਗਾੜ ਰਹੇ ਆ ਤਾਂ ਏਕਾ ਵੀ ਜਿਹੜੇ ਸਾਨੂੰ ਬਿਲਕੁਲ ਇੱਥੇ ਇਦੋਂ ਵੀ ਪਛਾਣ ਲਾ ਜਾ ਕੇ ਖੜਾ ਕਰਨਾ ਚਾਹੁੰਦੇ ਤੋਂ ਸਾਡੇ ਲੀਡਰਾਂ ਦੀ ਸਿਚੁਏਸ਼ਨ ਇਹੋ ਜੀ ਆ ਭਾਵੇਂ ਉਹ ਧਾਰਮਿਕ ਨੇ ਭਾਵੇਂ ਉਹ ਰਾਜਨੀਤਿਕ ਨੇ ਪਰ ਹੁਣ ਇਸ ਵੇਲੇ ਵੇਖਣ ਵਾਲੀ ਗੱਲ ਇਹ ਆ ਕਿ ਜਿੰਨੀਆਂ ਵੀ ਧਿਰਾਂ ਸਿੱਖ ਪੰਥ ਦੇ ਵਿੱਚ ਸਿੱਖ ਕੌਮ ਦੇ ਵਿੱਚ ਇਹ ਮਹਿਸੂਸ ਕਰਦੀਆਂ ਨੇ ਹੂੰ ਹੂੰ ਜਾਂ ਸਿਕ 스ਕਾਲਰ ਨੇ ਵਿਦਵਾਨ ਨੇ ਪ੍ਰਚਾਰਕ ਨੇ ਸਾਰੇ ਇੱਕੇ ਜਗ੍ਹਾ ਤੇ ਨੇ ਜੋ ਜਿਹੜੇ ਇਹ ਮਹਿਸੂਸ ਕਰਦੇ ਨੇ ਵੀ ਇਹ ਸਿਚੁਏਸ਼ਨ ਸਹੀ ਨਹੀਂ ਸਾਡੀ ਇਸ ਵੇਲੇ ਠੀਕ ਹੈ ਜਾਂ ਸਾਡੀ ਜਿਹੜੇ ਸਾਨੂੰ ਜਿਹੜੇ ਲੀਡ ਕਰਨ ਵਾਲੇ ਆ ਵੀ ਉਹ ਠੀਕ ਨਹੀਂ ਲੀਡ ਕਰ ਰਹੇ ਹੁਣ ਸਵਾਲ ਇਹ ਆ ਵੀ ਕੀ ਅਸੀਂ ਸਾਰਿਆਂ ਨੇ ਰਲ ਕੇ ਜਿਹੜੇ ਸੁਧਾਰ ਚਾਹੁੰਦੇ ਆ ਕੋਈ ਅਸੀਂ ਵਿਜ਼ਨ ਸਿਰਜਿਆ ਵੀ ਕਿਵੇਂ ਹੋਣਾ ਚਾਹੀਦਾ ਕਿ ਜਾਂ ਸਾਡੀ ਦੌੜੇ ਆ ਵੀ ਇਹ ਥੱਲੇ ਉਤਰਨਾ ਸੀ ਉਹਨਾਂ ਦੀ ਜਗ੍ਹਾ ਤੇ ਬੈਠ ਜਾਈਏ ਜੇ ਤਾਂ ਸਾਡੀ ਇਹ ਦੌੜਾ ਤੇ ਫਿਰ ਇਹਦੇ ਚੋਂ ਕੋਈ ਸੁਧਾਰ ਨਹੀਂ ਨਿਕਲ ਨਹੀਂ ਸਕਦਾ ਹਾਂਜੀ ਤੇ ਜੇਕਰ ਅਸੀਂ ਕੋਈ ਵਿਜਨ ਸਿਰਜਣਾ ਵਾ ਤੇ ਸਾਨੂੰ ਇਕੱਠਿਆਂ ਬੈਠਣਾ ਪਊਗਾ ਪਰ ਸਾਡੀ ਇਸ ਵੇਲੇ ਪ੍ਰੋਬਲਮ ਇਹ ਆ ਕਿ ਅਸੀਂ ਆਪਣੀ ਆਪਣੀ ਈਗੋ ਨੂੰ ਵਧਾਉਣ ਵਾਸਤੇ ਜਾਂ ਅਸੀਂ ਆਪਣੀ ਪਰਸਨੈਲਿਟੀ ਨੂੰ ਸ਼ੋਅ ਕਰਨ ਵਾਸਤੇ ਸੁਧਾਰ ਦਾ ਰੌਲਾ ਜਿਆਦਾ ਪਾ ਰਹੇ ਹਾਂ ਅਸੀਂ ਉਹਦੇ ਵਾਸਤੇ ਸincere ਨਹੀਂ سنجیدہ ਨਹੀਂ ਅੱਛਾ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਕਿ ਲੀਡ ਦੀ ਹਾਂ ਜੀ ਜਿਹੜੇ ਮਤਲਬ ਸਾਡੇ ਲੀਡਰ ਨੇ ਉਹ ਲੀਡ ਜਿਹੜੀ ਆ ਉਹ ਆਪਣੀ ਦੇਣਾ ਚਾਹੁੰਦੇ ਤੇ ਸਾਨੂੰ ਗਿਆਨ ਗੁਰੂ ਤੋਂ ਲੀਡ ਨਹੀਂ ਲੈਣੀ ਚਾਹੀਦੀ ਨਾ ਜੋ ਕੈਸੇ ਸਕਸੈਸ ਹੋ ਸਕੀ ਹੈ ਸਿੱਖ ਜਿਹੜੀ ਫਲਸਫੀ ਆ ਇਹਦੇ ਵਿੱਚ ਜਿਹੜਾ ਲੀਡਰ ਆ ਫਿਜ਼ੀਕਲੀ ਜਿਹੜੀ ਉਹ ਅਗਵਾਈ ਕਰਦਾ ਹਮ ਪਰ ਫਲਸਫੀ ਉਹ ਗੁਰੂ ਗ੍ਰੰਥ ਸਾਹਿਬ ਦੀ ਹੀ ਚੁਣਦਾ ਹਮ ਹਮ ਤਾਂ ਇਹ ਜਿਹੜੀ ਜੋ ਸਾਡਾ ਧਰਮ ਆ ਜੋ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਵਾ ਜੋ ਸਾਡੀ ਹਿਸਟਰੀ ਆ ਜੋ ਪੁਰਾਣੀ ਗੁਰੂਕਾਲ ਦੇ ਵੇਲੇ ਦੀ ਅਸੀਂ ਵੇਖਦੇ ਆ ਹੁਣ ਵੇਖੋ ਗੁਰੂ ਸਾਹਿਬ ਨੇ ਮਹੱਲਾ ਦੂਜਾ ਤੀਜਾ ਮਹੱਲਾ ਪੰਜਵਾਂ ਮਹੱਲਾ ਨੌਵਾਂ ਕਿਉਂ ਯੂਜ਼ ਕੀਤਾ ਠੀਕ ਹੈ ਉਹ ਇਹਦਾ ਇਹਦਾ ਭਾਵ ਸੀ ਔਰ ਨਾਨਕ ਪਾਦ ਉਹਨਾਂ ਨੇ ਕਿਉਂ ਯੂਜ਼ ਕੀਤਾ ਸਾਰੇ ਗੁਰੂਆਂ ਨੇ ਹੂੰ ਹੂੰ ਕਿਉਂਕਿ ਉਹ ਸਾਰੇ ਹੀ ਇੱਕ ਫਲਸਫੇ ਦੀ ਗੱਲ ਕਰ ਰਹੇ ਹਨ ਸਮਰਪਿਤ ਹੋ ਚੁੱਕੇ ਹਨ ਹਾਂ ਉਹਨਾਂ 'ਚ ਭਿੰਨਤਾ ਨਹੀਂ ਹੈਗੀ ਹੂੰ ਹੂੰ ਭਾਵੇਂ ਉਹ ਦੂਸਰੀ ਪਾਤਸ਼ਾਹੀ ਕਹਿ ਰਹੀ ਆ ਭਾਵੇਂ ਪੰਜਵੀਂ ਕਹਿ ਰਹੀ ਆ ਭਾਵੇਂ ਨੌਵੀਂ ਕਹਿ ਰਹੀ ਆ ਠੀਕ ਹੈ ਪਰ ਉਹ ਇੱਕ ਫਲਸਫੇ ਦੀ ਸਾਰੇ ਵਿਆਖਿਆ ਕਰ ਰਿਹਾ ਹੂੰ ਹੂੰ ਹੁਣ ਇਹ ਸਾਡੇ ਲਈ ਬਹੁਤ ਵੱਡੀ ਸੇਧ ਆ ਇਸ ਇਹ ਸਾਨੂੰ ਇਸ ਪਾਸੇ ਵੱਲ ਤੋਰਦੀ ਆ ਕਿ ਅਸੀਂ ਭਾਵੇਂ ਸਾਨੂੰ ਲੀਡ ਕੋਈ ਵੀ ਕਰੇ ਹੂੰ ਹੂੰ ਇਹ ਗੱਲ ਮਾਇਨੇ ਨਹੀਂ ਰੱਖਦੀ ਹੂੰ ਹੂੰ ਸਵਾਲ ਇਹ ਮਾਇਨੇ ਰੱਖਦੀ ਆ ਗੱਲ ਕਿ ਜਿਹੜਾ ਸਾਨੂੰ ਲੀਡ ਕਰ ਰਿਹਾ ਵਾ ਕੀ ਉਹ ਗੁਰਮਤ ਫਿਲਾਸਫੀ ਨੂੰ ਇੰਪਲੀਮੈਂਟ ਕਰਨ ਵਾਸਤੇ ਸਾਨੂੰ ਲੀਡ ਕਰ ਰਿਹਾ ਹੂੰ ਹੂੰ ਕਿ ਜਾਂ ਫਿਰ ਉਹ ਆਪ ਆਪਣੇ ਆਪ ਨੂੰ ਇੱਕ ਸ਼ਾਸਕ ਹਾਕਮ ਵਜੋਂ ਸਿੱਖਾਂ ਦੇ ਵਿੱਚ ਸਥਾਪਿਤ ਕਰਨ ਦੀ ਸ਼ੋਅ ਕਰ ਰਿਹਾ ਬਹੁਤਾਂਤ ਦੇ ਵਿੱਚ ਤੇ ਇਸ ਤਰ੍ਹਾਂ ਦੇਖਿਆ ਮਹਿਸੂਸ ਹੋ ਰਿਹਾ ਵੀ ਜਿਸ ਤਰ੍ਹਾਂ ਉਹਨਾਂ ਨੂੰ ਉਹ ਗਿਆਨ ਦੀ ਤੋਂ ਲੀਡ ਲੈ ਕੇ ਲੀਡ ਨਹੀਂ ਕਰ ਰਹਾ ਉਹ ਆਪਣੀ ਜਿਹੜੀ ਵਿਚਾਰਧਾਰਾ ਬਣਾਈ ਹੋਈ ਉਹਨਾਂ ਨੇ ਉਹਦੇ ਤੇ ਹੀ ਉਹ ਡਿਪੈਂਡੈਂਟ ਨੇ ਤੇ ਉਸੇ ਨੂੰ ਅੱਗੇ ਫਲਾਉਣਾ ਚਾਹੁੰਦੇ ਬਿਲਕੁਲ ਇਹਦਾ ਮੈਂ ਕਾਰਨ ਜੋ ਸਮਝਦਾ ਜੀ ਹੋਇਆ ਕਿ ਅਸੀਂ ਜਿਹੜੇ ਪੋਲੀਟੀਕਲ ਲੀਡਰ ਚੁਣਦੇ ਆ ਉਹ ਕਦੇ ਵਰਕਰ ਨਹੀਂ ਰਹੇ ਹੂੰ ਹੂੰ ਜਿਹੜੇ ਅਸੀਂ ਧਾਰਮਿਕ ਲੀਡਰ ਚੁਣਦੇ ਆ ਉਹ ਕਦੇ ਸੇਵਾਦਾਰ ਨਹੀਂ ਰਹੇ ਹੂੰ ਹੂੰ ਅਸੀਂ ਲੀਡਰ ਬਣਿਆ ਬਣਾਇਆ ਘਰ ਤੋਂ ਲੈ ਕੇ ਆਉਨੇ ਆ ਠੀਕ ਹੈ ਇਹੋ ਜਿਹਾ ਲੀਡਰ ਤੁਹਾਨੂੰ ਕਦੇ ਵੀ ਲੀਡ ਨਹੀਂ ਕਰ ਕਿਉਂਕਿ ਸਾਡਾ ਜਿਹੜਾ ਧਰਮ ਆ ਮਜ਼ਬਾ ਜਾਂ ਸਾਡੀ ਜਿਹੜੀ ਫਿਲਾਸਫੀ ਆ ਉਹ ਸੇਵਾ ਦੀ ਫਿਲਾਸਫੀ ਆ ਹੂੰ ਹੂੰ ਇਹਦੇ ਵਿੱਚ ਜੇ ਕੋਈ ਲੀਡ ਕਰ ਰਿਹਾ ਉਹ ਵੀ ਸੇਵਾ ਕਰ ਰਿਹਾ ਹੂੰ ਹੂੰ ਜੇ ਕੋਈ ਉਹਦੀ ਹੈਲਪ ਕਰ ਰਿਹਾ ਉਹ ਵੀ ਸੇਵਾ ਕਰ ਰਿਹਾ ਹੂੰ ਹੂੰ ਇੱਥੇ ਰਾਜਾ ਪਰਜਾ ਦਾ ਕਨਸੈਪਟ ਨਹੀਂ ਹੈ ਹੂੰ ਹੂੰ ਬਿਲਕੁਲ ਇਥੇ ਲੀਡਰ ਵੀ ਇੱਕ ਸੇਵਾਦਾਰ ਆ ਜਿਵੇਂ ਅਸੀਂ ਨਵਾਕਪੂਰ ਸਿੰਘ ਦੀ ਉਹ ਸਾਖੀ ਬੜੇ ਮਾਣ ਨਾਲ ਅੱਜ ਵੀ ਉਹਨੂੰ ਯਾਦ ਕਰਦੇ ਹਾਂ ਜੀ ਤਾਂ ਇਹ ਜਿਹੜੀ ਚੀਜ਼ ਗੁਰੂਕਾਲ ਦੀਆਂ ਸਾਖੀਆਂ ਵਿੱਚ ਵੀ ਐਸਾ ਜ਼ਿਕਰ ਆ ਵੀ ਗੁਰੂ ਸਾਹਿਬ ਸੰਗਤ ਦੀ ਇਸ ਤਰ੍ਹਾਂ ਸੇਵਾ ਕਰ ਰਹੇ ਇਸ ਤਰ੍ਹਾਂ ਕਰ ਰਹੇ ਉਹ ਆਪ ਉੱਠ ਕੇ ਸਾਰਾ ਕੰਮ ਹੱਥੀਂ ਕਰ ਇਹਦਾ ਮਤਲਬ ਸੀ ਕਿ ਉਹ ਸਿਖਾ ਰਹੇ ਨੇ ਸਾਨੂੰ ਹੂੰ ਹੂੰ ਵੀ ਇਥੇ ਵਿਅਕਤੀਗਤ ਤੌਰ ਉਤੇ ਕੋਈ ਬੰਦਾ ਹਾਕਮ ਜਾਂ ਸ਼ਾਸਕ ਨਹੀਂ ਇਹ ਅਸੀਂ ਸਿਸਟਮ ਖਤਮ ਕਰਨਾ ਹੂੰ ਹੂੰ ਕਿਉਂਕਿ ਡਿਕਟੇਟਰ ਪੈਦਾ ਕਰਦਾ ਠੀਕ ਹੈ ਅਸੀਂ ਇਹ ਜਿਹੜਾ ਧਰਮ ਆ ਜਾਂ ਇਹ ਅਸੀਂ ਜਿਹੜਾ ਰਾਹ ਚੁਣਿਆ ਹੋਇਆ ਇਹ ਅਸੀਂ ਸੇਵਾ ਦਾ ਤੇ ਫਲਸਫੀ ਦਾ ਰਾਹ ਵਾ ਠੀਕ ਹੈ ਇੱਥੇ ਫਲਸਫੀ ਦੇ ਮੁਤਾਬਕ ਜੀਵਿਆ ਜਾਣਾ ਔਰ ਸਾਰੇ ਹੀ ਭਾਵੇਂ ਉਹ ਕਿਸੇ ਨੂੰ ਅਗਵਾਈ ਦੇ ਰਿਹਾ ਭਾਵੇਂ ਉਹ ਦੀ ਅਗਵਾਈ ਕਬੂਲ ਕਰ ਸਾਰੇ ਆਪਣੀ ਆਪਣੀ ਸੇਵਾ ਕਰ ਰਿਹਾ ਹੂੰ ਹੂੰ ਹੁਣ ਸਾਡੇ ਚ ਕੀ ਆ ਕਿ ਅਸੀਂ ਮੰਨ ਲਵੋ ਜਿਹੜਾ ਧਾਰਮਿਕ ਲੀਡਰ ਅਸੀਂ ਚੁਣਦੇ ਆ ਉਹਨੂੰ ਪੋਲੀਟੀਕਲ ਬੰਦਾ ਚੁਣਦਾ ਠੀਕ ਹੈ ਜਿਹੜਾ ਪੋਲੀਟੀਕਲ ਬੰਦਾ ਵਾ ਉਹ ਕੇਵਲ ਤੇ ਕੇਵਲ ਸਾਰੀ ਕੌਮ ਨੂੰ VOTING ਸਿਸਟਮ ਦੇ ਵਿੱਚ ਪਾ ਕੇ ਤਾਂ ਉਹ ਕੇਵਲ ਆਪਣਾ ਨਿੱਜੀ ਗਰਜ ਪੂਰੀ ਕਰਦਾ ਜਾਂ ਉਹਦੇ ਉਹਦੇ ਜਿਹੜਾ ਗਰੁੱਪ ਆ ਉਹ ਉਹਦੀਆਂ ਜੜੀਆਂ ਵਧੀਆਂ ਹੋਈਆਂ ਆਸ਼ਾਵਾਂ ਨੇ ਤ੍ਰਿਸ਼ਨਾਵਾਂ ਨੇ ਉਹਨਾਂ ਨੂੰ ਥੋੜਾ ਥੋੜਾ ਉਹ ਜਾਨੀ ਕਿ ਉਹਨਾਂ ਨੂੰ ਬੁਰਕੀ ਪਾਉਂਦਾ ਰਹਿੰਦਾ ਠੀਕ ਹੈ ਜਾਨੀ ਕਿ ਸਾਡਾ ਸਾਰਾ ਸਿਸਟਮ ਸਵਾਰਥ ਤੇ ਲੋਭ ਉੱਤੇ ਖੜਾ ਠੀਕ ਹੈ ਸੇਵਾ ਉੱਤੇ ਨਹੀਂ ਖੜਾ ਅ ਇਸ ਤਰ੍ਹਾਂ ਨਹੀਂ ਲੱਗ ਰਿਹਾ ਵੀ ਜਿੱਦਾਂ ਜਿਹੜਾ ਸਾਡਾ ਸਿਸਟਮ ਹੈ ਐ ਖਾਸ ਕਰਕੇ ਜਿਹੜੇ ਸਾਡੇ ਆਪਣੇ ਪੋਲੀਟੀਕਲ ਲੀਡਰ ਨੇ ਉਹਨਾਂ ਨੇ ਹਾਈਜੈਕ ਕਰ ਲਿਆ ਹੋਇਆ ਬਿਲਕੁਲ ਹਾਈਜੈਕ ਕਰ ਲਿਆ ਜੀ ਉਹਦਾ ਕਾਰਨ ਵੀ ਸਿੱਖ ਪੰਥ ਦੇ ਵਿੱਚ ਇਸ ਗੱਲੋਂ ਅਜੇ ਅਵੇਅਰਨੈਸ ਨਹੀਂ ਹੂੰ ਹੂੰ ਉਹ ਅਜੇ ਕੁਝ ਜਾਨੀ ਕਿ ਜਿਨੂੰ ਆਪਾਂ ਕਹਿ ਦੇਈਏ ਨਾ ਵੀ ਕੁਝ ਚਿੰਨ ਹੂੰ ਹੂੰ ਜਿਵੇਂ ਪੋਲੀਟੀਕਲ ਪਾਰਟੀ ਦਾ ਕੋਈ ਚਿੰਨ ਹੁੰਦਾ ਉਹਨੂੰ ਚਿੰਨ ਨੂੰ ਹੀ ਪੰਥ ਦਾ ਸਰੂਪ ਮੰਨੀ ਬੈਠਾ ਠੀਕ ਹੈ ਜਾਂ ਕੁਝ ਖਾਸ ਕਿਸਮ ਦੇ ਪਹਿਰਾਵੇ ਵਾਲੇ ਬੰਦਿਆਂ ਨੂੰ ਹੀ ਸਮਝੀ ਬੈਠਾ ਵੀ ਇਹ ਪਹਿਰਾਵੇ ਵਾਲਾ ਹੀ ਲੀਡ ਕਰ ਸਕਦਾ ਠੀਕ ਹੈ ਜਾਂ ਇੱਕ ਖਾਸ ਨਾਮ ਨੂੰ ਜਿਵੇਂ ਅਕਾਲੀ ਦਲ ਨਾਮ ਹੋ ਗਿਆ ਉਹ ਸਮਝਦਾ ਵੀ ਜੀ ਇਹ ਅਕਾਲੀ ਦਲ ਜਿਹੜਾ ਵਾ ਇਹੀ ਸਾਰਾ ਕੁਝ ਆ ਠੀਕ ਹੈ ਉਹਨੂੰ ਇਹਦਾ ਮਤਲਬ ਉਹਨੂੰ ਫਿਲਾਸਫੀ ਦਾ ਗਿਆਨ ਨਹੀਂ ਠੀਕ ਹੈ ਉਹ ਬਾਹਰੀ ਤੌਰ ਤੇ ਭਾਂਡਾ ਤੇ ਫੜੀ ਬੈਠਾ ਪਰ ਭਾਂਡੇ 'ਚ ਹੈਗਾ ਖੰਨ ਤਾਂ ਖਾਲੀ ਭਾਂਡਾ ਉਹਦੀ ਭੁੱਖ ਦੂਰ ਨਹੀਂ ਕਰ ਸਕਦਾ ਠੀਕ ਹੈ ਜੋ ਜਿਹੜਾ ਖਾਲੀ ਪੰਡਾ ਉਤੇ ਖੜਕਾ ਹੀ ਕਰ ਸਕਦਾ ਖੜਕਾ ਹੀ ਕੁਛ ਨਹੀਂ ਕਰ ਸਕਦਾ ਸੋ ਪ੍ਰੋਬਲਮ ਇਹ ਆ ਵੀ ਅਸੀਂ ਅੱਜ ਵੀ ਕਹਿੰਦੇ ਆ ਵੀ ਅਕਾਲੀ ਦਲ ਸ਼ੀਦਾਂ ਦੀ ਪਾਰਟੀ ਆ ਹਮ ਹਾਂ ਜਾਂ ਅਸੀਂ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਸੀਂ ਕਹਿੰਦੇ ਆ ਵੀ ਇਸ ਤਰ੍ਹਾਂ ਦੇ ਇਸ ਖਾਨਦਾਨ ਦੇ ਲੀਡਰ ਜਾਂ ਇਸ ਨਾਮ ਵਾਲੇ ਜਾਂ ਇਸ ਸ਼ਕਲ ਵਾਲੇ ਲੀਡਰ ਜਿਹੜੇ ਆ ਕਿ ਸਾਡਾ ਉਹ ਬਹੁਤ ਉਗਵਾਈ ਕਰਦੇ ਰਹੇ ਆ ਹਮ ਹਾਂ ਤੋਂ ਕਰਦੇ ਰਹੇ ਨੂੰ ਲੈ ਕੇ ਹੀ ਅਸੀਂ ਅੱਜ ਵੀ ਉਸੇ ਚੀਜ਼ ਨੂੰ ਹੀ ਚੁੱਕੀ ਬੈਠੇ ਇਹ ਨਹੀਂ ਵੇਖ ਰਿਹਾ ਵੀ ਹੁਣ ਪਹਿਲਾਂ ਨਾਲੋਂ ਸਾਡੇ ਹੋਣ ਵਾਲੇ ਜਿਹੜੇ ਆ ਉਹ ਅਸੀਂ ਜਿਹੜੇ ਪੈਮਾਨੇ ਮਿੱਥੇ ਹੋਏ ਉਹ ਸਾਡੇ ਫੇਲ ਹੋ ਰਹੇ ਆ ਅੱਛਾ ਪਹਿਲੇ ਵਾਲੇ ਲੀਡਰਾਂ ਦੇ ਨਾਲੋਂ ਤੇ ਜਿਹੜੇ ਮੌਜੂਦਾ ਲੀਡਰ ਨੇ ਕਿਸ ਤਰ੍ਹਾਂ ਦਾ ਤੁਸੀਂ ਡਿਫਰੈਂਟ ਦੇਖ ਰਹੇ ਹੋ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਇੱਕ ਕਿਤਾਬ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਬਲਿਸ਼ ਕਰਦੀ ਆ ਸ਼੍ਰੋਮਣੀ ਕਮੇਟੀ ਦਾ 50 ਸਾਲਾ ਇਤਿਹਾਸ ਅੱਛਾ ਜੀ ਉਸ ਵੇਲੇ ਤਕਰੀਬਨ 50 ਸਾਲ ਦਾ ਸ਼੍ਰੋਮਣੀ ਕਮੇਟੀ ਦੇ ਮੁੱਢਲੇ ਦੌਰ ਤੋਂ ਲੈ ਕੇ ਜੋ ਦੀਆਂ ਐਗਜ਼ੈਕਟਿਵ ਦੀਆਂ ਮੀਟਿੰਗ ਹੁੰਦੀਆਂ ਨੇ ਜਾਂ ਨਹੀਂਆਂ ਨੇ ਜਾਂ ਉਹਦੇ ਵਿੱਚ ਜੋ ਮਤੇ ਉਹ ਰੈਗੂਲੇਸ਼ਨ ਪਾਸ ਕਰਦੇ ਰਹੇ ਜੋ ਵੀ ਠੀਕ ਹੈ ਉਹਨੂੰ ਪੜਦਿਆਂ ਪੜਦਿਆਂ ਨਾ ਤੁਸੀਂ ਮਹਿਸੂਸ ਕਰੋਗੇ ਕਿ ਕਿਉਂਕਿ ਇਹ ਸੰਸਥਾਵਾਇਕ ਇਨਕਲਾਬ ਚੋਂ ਪੈਦਾ ਹੋਈਆਂ ਸੀ ਠੀਕ ਹੈ ਸਿੱਖੀ ਦੇ ਸੁਧਾਰ ਦਾ ਇੱਕ ਮੋਟਿਵ ਲੈ ਕੇ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਸੀ ਉਹ ਸਥਾਪਿਤ ਕੀਤਾ ਬੜੀ ਕੁਰਬਾਨੀ ਤੇ ਬੜੀ ਜਦੋਜਹਿਦ ਚੋਂ ਠੀਕ ਹੈ ਜੀ ਉਹਨਾਂ ਨੂੰ ਜੋ ਤੁਸੀਂ ਪੜਦਿਆਂ 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 ਅੱਜ ਤੱਕ ਪਹੁੰਚਦੇ ਹੋ ਨਾ ਖਾਸ ਤੌਰ ਤੇ ਜਿਵੇਂ ਤੁਸੀਂ ਉਹ 50 ਸਾਲ ਇਤਿਹਾਸ ਦੇ ਅਖੀਰਲੇ ਸਾਲਾਂ ਚ ਪਹੁੰਚਦੇ ਆ 40 ਤੋਂ ਬਾਅਦ ਤਾਂ ਤੁਸੀਂ ਮਹਿਸੂਸ ਕਰਦੇ ਆ ਵੀ ਪਹਿਲਾਂ ਵਾਲੀ ਜਿਹੜੀ ਐਗਜ਼ੈਕਟਿਵ ਸੀ ਜਾਂ ਪਹਿਲਾਂ ਵਾਲੇ ਜਿਹੜੇ ਲੋਕ ਮਤੇ ਲਿਆ ਰਹੇ ਸੀ ਜਾਂ ਰੈਗੂਲੇਸ਼ਨ ਪਾਸ ਕਰ ਉਹਨਾਂ ਦਾ ਤੇ ਹੁਣ ਦਾ ਕਿੰਨਾ ਡਿਫਰੈਂਸ ਆਪਸ ਠੀਕ ਹੈ ਉਹ ਕਿਉਂ ਆ ਹੂੰ ਹੂੰ ਕਿਉਂਕਿ ਇਨਕਲਾਬ ਵਿੱਚੋਂ ਨਿਕਲੇ ਹੋਏ ਬੰਦੇ ਜਿਹੜੇ ਆ ਉਹਨਾਂ ਨੇ ਕੁਝ ਗਵਾਇਆ ਹੁੰਦਾ ਠੀਕ ਹੈ ਜੀ ਉਸ ਸਸਤੇ ਭਾਅ ਦੇ ਉੱਤੇ ਉਸ ਇਨਕਲਾਬ ਨੂੰ ਖੁਰਨ ਨਹੀਂ ਦਿੰਦੇ ਠੀਕ ਹੈ ਜਿਹੜੇ ਮਗਰੋਂ ਆਉਂਦੇ ਆ ਹੂੰ ਹੂੰ ਜਾਂ ਪੈਦਾ ਕੀਤੇ ਜਾਂਦੇ ਆ ਹੂੰ ਹੂੰ ਉਹ ਕਿਉਂਕਿ ਪਹਿਲਿਆਂ ਨੇ ਜੋ ਸਤਕਾਰ ਜੋ ਰਿਸਪੈਕਟ ਹਾਸਲ ਕਰ ਲਈ ਹੁੰਦੀ ਆ ਹੂੰ ਹੂੰ ਉਹ ਸਾਰਿਆਂ ਨੂੰ ਹੁੰਦਾ ਵੀ ਸਾਡੀ ਵੀ ਇਹੋ ਜੀ ਰਿਸਪੈਕਟ ਦੇ ਸਤਕਾਰ ਬਣੇ ਠੀਕ ਹੈ ਉਹ ਫਿਰ ਉਸ ਸਤਕਾਰ ਨੂੰ ਸਸਤੇ ਢੰਗ ਨਾਲ ਹਾਸਲ ਕਰਨਾ ਚਾਹੁੰਦੇ ਆ ਠੀਕ ਹੈ ਤੇ ਸਸਤਾ ਤਰੀਕਾ ਤਾਂ ਇਹ ਸੀਗਾ ਵੀ ਉਹ VOTING ਚ ਆ ਕੇ ਹੂੰ ਹੂੰ ਤੇ ਜਿੱਤ ਜਾਣ ਠੀਕ ਹੈ ਜੀ ਤੇ VOTING ਹਰ ਨਜਾਇਜ਼ ਢਾਂਗ ਦੇ ਨਾਲ ਕਰਵਾ ਲੈਣ ਤਾਂ ਕਿ ਉਹਨਾਂ ਦੀ ਲੀਡ ਬਣੀ ਰਵੇ ਇਹਦਾ ਮਤਲਬ ਇਹ ਨਹੀਂ ਵੀ ਇਹ ਜਿਹੜੀ ਮੌਜੂਦਾ ਸਾਡੀ ਲੀਡਰਸ਼ਿਪ ਹੈ ਉਹ ਰਹਿਤ ਖੁੰਦ ਆ ਗਈ ਆ ਤੇ ਹੋੜ ਸੇ ਲੱਗੀ ਆ ਉਸ ਗੱਲ ਦੀ ਇਹ ਜਿੰਨੀ ਸਾਡੀ ਮੌਜੂਦਾ ਲੀਡਰਸ਼ਿਪ ਭਾਵੇਂ ਧਾਰਮਿਕ ਆ ਭਾਵੇਂ ਰਾਜਨੀਤਿਕ ਆ ਇਹ ਸਾਰੀ ਦੀ ਸਾਰੀ ਲਾਲਚ ਦੀ ਮਾਰੀ ਹੋਈ ਆ ਠੀਕ ਹੈ ਈਗੋ ਦੀ ਮਾਰੀ ਹੋਈ ਆ ਇਹ ਸਾਡੇ ਚ ਉਹੀ ਹਾਕਮ ਤੇ ਪਰਜਾ ਵਾਲਾ ਸਿਸਟਮ ਇਹਨਾਂ ਨੇ ਕ੍ਰੀਏਟ ਕਰਤਾ ਠੀਕ ਹੈ ਧਾਰਮਿਕ ਬੰਦਾ ਵੀ ਹਾਕਮ ਬਣ ਗਿਆ ਸੇਵਾਦਾਰ ਨਹੀਂਗਾ ਜਿਹੜਾ ਉਹ ਪਰ ਉਹ ਬੀ ਕਲਾਸ ਦਾ ਹਾਕਮ ਹੂੰ ਹੂੰ ਜਿਹੜਾ ਪੋਲੀਟੀਕਲ ਲੀਡਰ ਆ ਸਾਡੇ ਵਿੱਚ ਉਹ ਈਵਨ ਤਾਨਾਸ਼ਾ ਬਣ ਗਿਆ ਠੀਕ ਹੈ ਯਾਨੀ ਕਿ ਉਹ ਉਹ ਹਰ ਇੱਕ ਢਾਂਗ ਦੇ ਨਾਲ ਉਹ ਉਹਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਸਿੱਖ ਫਲਸਫਾ ਕੀ ਕਹਿੰਦਾ ਹੂੰ ਹੂੰ ਸਿੱਖ ਸੰਗਤ ਕੀ ਚਾਹੁੰਦੀ ਆ ਠੀਕ ਹੈ ਸਿੱਖ ਪੰਥ ਕਿੱਥੇ ਖੜਾ ਵਾ ਉਹਨੂੰ ਇਸ ਚੀਜ਼ ਨਾਲ ਮਤਲਬ ਹੀ ਮੈਂ ਇਹਨਾਂ ਚੋਂ ਕੀ ਗੱਡ ਸਕਦਾ ਠੀਕ ਹੈ ਅੱਛਾ ਜੇ ਹੁਣ ਮੌਜੂਦਾ ਜਿਹੜੇ ਹਾਲਾਤ ਆ ਜਿਹੜਾ ਗਹਿਮਾ ਗਹਿਮ ਗਰਮਾ ਗਰਮੀ ਹੋ ਰਹੀ ਹੈ ਉੱਥੇ ਜਿਸ ਵਿਸ਼ੇ ਨੂੰ ਲੈ ਕੇ ਕਿਸੇ ਨੂੰ ਛੇਕਤਾ ਕਿਸੇ ਨੂੰ ਉੱਥੋਂ ਦੁਬਾਰਾ ਵਾਪਸ ਲੈ ਲਿਆ ਜੇ ਇਹਦੇ ਵਿੱਚ ਹੁਣ ਕਈ ਗੱਲਾਂ ਇਸ ਤਰ੍ਹਾਂ ਦੇ ਨਿਕਲ ਰਹੀਆਂ ਜੀ ਸਰਬਤ ਖਾਲਸਾ ਹੋਣਾ ਜੀ ਸਰਬਤ ਖਾਲਸਾ ਦਾ ਕੀ ਕਨਸੈਪਟ ਆ ਸਰਬਤ ਖਾਲਸਾ ਦਾ ਕਨਸੈਪਟ ਇਹ ਆ ਕਿ ਅਸੀਂ ਕਿਸੇ ਇੱਕ ਬੰਦੇ ਦੇ ਹੱਥ ਕਮਾਲ ਨਹੀਂ ਦੇਣੇ ਹੂੰ ਹੂੰ ਉਹ ਇੱਕ ਪ੍ਰੋਸੈਸ ਚੱਲਦਾ ਹੂੰ ਹੂੰ ਉਸ ਪ੍ਰੋਸੈਸ ਵਿੱਚੋਂ ਨਿਕਲ ਕੇ ਕੋਈ ਵੀ ਚੀਜ਼ ਜਿਹੜੀ ਕੋਈ ਸੰਸਥਾ ਪਹਿਲਾਂ ਉਹਨੂੰ ਪੈਦਾ ਕੀਤਾ ਜਾਂਦਾ ਹੂੰ ਹੂੰ ਫਿਰ ਉਹ ਸੰਸਥਾ ਦੇ ਆਪਣੇ ਅਧਿਕਾਰ ਖੇਤਰ ਵਿੱਚ ਇੱਥੇ ਜਾਂਦੇ ਨੇ ਕਿ ਉਹ ਕਿੰਨੇ ਦਾਇਰੇ 'ਚ ਕੰਮ ਕਰ ਸਕਦੀ ਆ ਹੂੰ ਹੂੰ ਫਿਰ ਉਹਦੇ ਵਿੱਚੋਂ ਅਸੀਂ ਕੋ ਕਿਸੇ ਵੀ ਸਿਚੁਏਸ਼ਨ ਨੂੰ ਅਸੀਂ ਨਜਿੱਠਣ ਵਾਸਤੇ ਉਹਦੇ ਨਾਲ ਤਾਂ ਉਹਦੇ ਵਿੱਚੋਂ ਫਿਰ ਅਸੀਂ ਰਾਵਾਂ ਦੇ ਬਤੌਰ ਅਸੀਂ ਉਹ ਸਾਰਾ ਕੁਝ ਸਿਰਜਦੇ ਆਂ ਵੀ ਆਹ ਹੋਣਾ ਚਾਹੀਦਾ ਹੂੰ ਹੂੰ ਜਾਨੀ ਕਿ ਜਿਵੇਂ ਹੁਣ ਅਸੀਂ ਮੌਜੂਦਾ ਸਥਿਤੀ ਨੂੰ ਲੈ ਲਈਏ ਠੀਕ ਹੈ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਅਸੀਂ ਸਰਬੱਤ ਖਾਲਸੇ ਦਾ ਵੀ ਸਾਰੇ ਜਥੇ ਸਨ ਹਮਮ ਤੇ ਉਦੋਂ ਇਹਨਾਂ ਵਿਦੇਸ਼ਾਂ ਵਿੱਚ ਸਿੱਖਾਂ ਦਾ ਬੋਲਬਾਲਾ ਵੀ ਨਹੀਂ ਸੀ ਜਾਂ ਉੱਗਾਈ ਨਹੀਂ ਸਨ ਉਹ ਜਥਿਆਂ ਦੇ ਮੁਖੀਆਂ ਨੂੰ ਸੱਦਿਆ ਜਾਂਦਾ ਸੀ ਠੀਕ ਹੈ ਹੁਣ ਜੇ ਸਵਾਲਤਾ ਆਇਆ ਵੀ ਸਰਬੱਤ ਖਾਲਸਾ ਸੀ ਜਿਹੜਾ ਕਹਿ ਰਹੇ ਇਹਦੇ ਬਾਰੇ ਵੀ ਅਸੀਂ ਅਜੇ ਮੇਰਾ ਖਿਆਲ ਆ ਵੀ ਕੋਈ ਪ੍ਰਪੇਅਰ ਨਹੀਂ ਹੈਗੇ ਪ੍ਰਪੇਅਰ ਅਸੀਂ ਕੋਈ ਇਹਨੂੰ ਆਪਣੇ ਆਪ ਨੂੰ ਵੀ ਨਹੀਂ ਕਰ ਸਕਦੇ ਇਹਨਾਂ ਕੌਮ ਨੂੰ ਕਰਨ ਦੀ ਤਾਂ ਕੋਈ ਗੱਲ ਹੀ ਨਹੀਂ ਗਈ ਹਮਮ ਯਾਨੀ ਕਿ ਉਹਦੇ ਵਾਸਤੇ ਸਾਨੂੰ ਵਿਜ਼ਨ ਸਿਰਜਣਾ ਪਊ ਠੀਕ ਹੈ ਸਾਡੇ ਸਕਾਲਰ ਜਿਹੜੇ ਆ ਉਹ 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 ਸਿਰਜਣਗੇ ਹਮਮ ਜਿਹੜੇ ਸਿੱਖੀ ਹਿਸਟਰੀ ਦੇ ਗੁਰਬਾਣੀ ਦੇ ਜਾਂ ਪੋਲੀਟੀਕਲ ਜਿਹੜੀ ਇਸ ਸਾਰੀ ਹੈਗੀ ਆ ਸਿਚੁਏਸ਼ਨ ਉਹਦੇ ਨਾਲ ਉਹਦੇ ਬਾਰੇ ਜਾਣਦੇ ਆ ਠੀਕ ਹੈ ਤਾਂ ਸਾਡੀ ਹੁਣ ਇੱਕ ਇੱਕ ਪ੍ਰੋਬਲਮ ਸਾਡੇ ਚ ਆ ਵੀ ਸਰਬੱਤ ਖਾਲਸੇ ਦੀ ਗੱਲ ਕਿਹੜੀਆਂ ਤਰ੍ਹਾਂ ਕਰਦੀਆਂ ਨੇ ਹੂੰ ਹੂੰ ਜਿਹੜੀਆਂ ਸਾਰੇ ਸਿਸਟਮ ਤੋਂ ਬਾਹਰ ਕੱਢ ਦਿੱਤੀਆਂ ਗਈਆਂ ਨੇ ਹੂੰ 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 ਉਹਨਾਂ ਕੋਲ ਕੋਈ ਪਾਵਰ ਨਹੀਂ ਠੀਕ ਹੈ ਜਿਨ੍ਹਾਂ ਕੋਲ ਪਾਵਰ ਆ ਹੂੰ ਹੂੰ ਉਹ ਇਹੋ ਜੇ ਸਕਾਲਰ ਜਾਂ ਇਹੋ ਜੇ ਬੰਦੇ ਨੇੜੇ ਹੀ ਨਹੀਂ ਆਉਣ ਦੇਣਗੇ ਜਿਹੜੇ ਉਹ ਸਰਬੱਤ ਖਾਲਸੇ ਦੀ ਗੱਲ ਕਰਨ ਕਿਉਂਕਿ ਸਰਬੱਤ ਖਾਲਸੇ ਦੀ ਗੱਲ ਕਹਿਣਾ ਹੀ ਇਹ ਆਪਣੇ ਆਪ ਵਿੱਚ ਐਲਾਨ ਆ ਵੀ ਅਸੀਂ ਇਸ ਮੌਜੂਦਾ ਡਿਕਟੇਟਰਸ਼ਿਪ ਤੋਂ ਦੁਖੀਆਂ ਤੇ ਅਸੀਂ ਇਹਨੂੰ ਨਹੀਂ ਚਾਹੁੰਦੇ ਹੂੰ ਹੂੰ ਤਾਂ ਉਹ ਡਿਕਟੇਟਰ ਆਪਣੇ ਅਧੀਨ ਇਹੋ ਜੀ ਕਮੇਟੀ ਕਿਉਂ ਬਣਾਉਣਗੇ ਵੀ ਜਿਹੜੀ ਉਹਨਾਂ ਦੀ ਡਿਕਟੇਟਰਸ਼ਿਪ ਨੂੰ ਹੀ ਲਲਕਾਰਦੀ ਹੋਵੇ ਅੱਛਾ ਜਿਹੜੀ ਹੁਣ ਹਾਕਮਤ ਹੈ ਰਹੀ ਆ ਉਹ ਕਹਿੰਦੀ ਆ ਵੀ ਜਿਹੜਾ ਸਰਬੱਤ ਖਾਲਸਾ ਬੁਲਾਉਣ ਦਾ ਸਿਰਫ ਤੇ ਸਿਰਫ ਹੱਕ ਉਹਨਾਂ ਕੋਲ ਹੀ ਹੈਗਾ ਹਾਂਜੀ ਇਹ ਇਸ ਭੰਬਲ ਪੂਸੇ ਜੋ ਕਿਸ ਤਰ੍ਹਾਂ ਨਿਕਲਿਆ ਜਾ ਸਕਦਾ ਵੇਖੋ ਸਰਬਤ ਖਾਲਸਾ ਉਹ ਕਹਿੰਦੇ ਨੇ ਵੀ ਜਿਹੜੀ ਮੌਜੂਦਾ ਸ਼ਰੋਮਣੀ ਕਮੇਟੀ ਹੈ ਸਰਬਤ ਖਾਲਸਾ ਹੂੰ ਹੂੰ ਇਹ ਤਾਂ ਇਉਂ ਕਹਿ ਲੋ ਵੀ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਗੁੰਮਰਾਹ ਕਰਨ ਵਾਲੀ ਗੱਲ ਆ ਠੀਕ ਹੈ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਜਿਹੜਾ ਵਾ ਹੁਣ ਮੌਜੂਦਾ ਦੌਰ ਚ ਆਪਾਂ ਜਾਣਦੇ ਆਂ ਕਿ ਉਹ ਤਾਂ ਪੰਜਾਬ ਤੱਕ ਸੀਮਤ ਆ ਠੀਕ ਹੈ ਪੰਜਾਬ ਤੋਂ ਬਾਹਰ ਦੇ ਗੁਰਦੁਆਰੇ ਵੀ ਈਵਨ ਹੁਣ ਹਰਿਆਣੇ ਦਾ ਵੀ ਇਹ ਮਸਲਾ ਪਾ ਲੈ ਲੀਏ ਤੇ ਹਰਿਆਣੇ ਵਿੱਚ ਵੀ ਸ਼੍ਰੋਣੀ ਕਮੇਟੀ ਦਾ ਉਹ 베ਸ ਨਹੀਂਗਾ ਜਿਹੜਾ ਉਹਦਾ ਹੋਣਾ ਚਾਹੀਦਾ ਸੀ ਤੇ ਦਿੱਲੀ ਦੀ ਤਾਂ ਗੱਲ ਹੀ ਨਹੀਂ ਹੈਗੀ ਜਾਂ ਹੋਰ ਭਾਰਤ ਦੇ ਜਿਹੜੇ ਗੁਰਦੁਆਰੇ ਨੇ ਬੰਗਲਾਦੇਸ਼ ਪਾਕਿਸਤਾਨ ਜਾਂ ਇਧਰ ਯੂਰਪ ਜਾਂ ਯੂ ਐਸ ਏ ਜਾਂ ਕੈਨੇਡਾ ਜਿੱਥੇ ਵੀ ਸਿੱਖ ਸੰਗਤਾਂ ਦੂਰ ਦਰਾਜ ਤੱਕ ਵਸੀਆਂ ਨੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਅਗਵਾਈ ਕਰਦੀ ਹੈ ਇਹ ਉਸ ਸਮੁੱਚੇ ਪੰਥ ਦੀ ਭਾਵਨਾ ਉਹ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ ਕਿ ਸਰਬੱਤ ਖਾਲਸਾ ਹੈ ਉਹਦਾ ਤਾਂ ਆਪਣਾ ਨਾਮ ਹੀ ਇਹ ਗੱਲ ਦੱਸ ਦਿੰਦਾ ਵੀ ਇਹਦਾ ਮੋਟਿਵ ਕੀ ਹੈ ਇਹਦਾ ਮਕਸਦ ਕੀ ਹੈ ਇਹਦਾ ਇਹਦਾ ਕੰਮ ਗੁਰਦੁਆਰਾ ਦਾ ਪ੍ਰਬੰਧ ਕਰਨਾ ਗੁਰਮਤ ਮੁਤਾਬਕ ਨਾ ਕਿ ਉਸ ਪੰਥ ਨੂੰ ਲੀਡ ਕਰ ਸਕਦੀ ਆ ਅੱਛਾ ਜਿਸ ਤਰੀਕੇ ਦੇ ਨਾਲ ਸਰਬੱਤ ਖਾਲਸਾ ਖਾਲਸਾ ਸ਼ਬਦ ਤੇ ਮਤਲਬ ਗੁਰੂ ਪਾਤਸ਼ਾਹ ਨੇ ਪਿਓਰ ਤਸ਼ੁੱਧਤਾ ਵਾਸਤੇ ਵੀ ਜਿਨ੍ਹਾਂ ਦੇ ਵਿੱਚ ਕੋਈ ਅੰਦਰ ਮੈਲ ਨਾ ਹੋਵੇ ਠੀਕ ਹੈ ਨਾ ਤੇ ਜੇ ਅਸੀਂ ਮੌਜੂਦਾ ਸਮੇਂ ਜਿਹੜੇ ਸਾਡੇ ਹਾਲਾਤ ਨੇ ਜੇ ਉਹਨੂੰ ਦੇਖੀਏ ਤੇ ਇਸ ਵੇਲੇ ਜਿਹੜੀ ਜੇ ਸਰਬੱਤ ਖਾਲਜਾ ਦੀ ਜਿਹੜੀ ਰੈਸਪੀ ਆ ਵੀ ਕੀ ਕੀ ਕਿੜੀਆਂ-ਕੜੀਆਂ ਜਥੇ ਬੰਦੀਆਂ ਉਹਦੇ ਚ ਆਪਣੇ ਆਪ ਨੂੰ ਕਹਿ ਸਕਦੀਆਂ ਕਿਉਂਕਿ ਹਰ ਬੰਦਾ ਹਰ ਜਥੇ ਬੰਦੀ ਕਹਿੰਦੀ ਆ ਵੀ ਅਸੀਂ ਸਰਬੱਤ ਖਾਲਸਾ ਦੇ ਪਾਰਟ ਆ ਪਰ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੋਂ ਸਾਰੇ ਕੋਈ ਇਧਰ ਨੂੰ ਤੁਰ ਲੈ ਕੇ ਚੱਲ ਰਿਹਾ ਕੋਈ ਇਧਰ ਨੂੰ ਲੈ ਕੇ ਚੱਲ ਰਿਹਾ ਜਿਹੜਾ ਖਾਲਸਾ ਮੈਂ ਸਮਝਦਾ ਖਾਲਸੇਦਾਰ ਜਿੱਥੇ ਸ਼ੁੱਧ ਤੇ ਪਵਿੱਤਰ ਆਪਾਂ ਕਰਦੇ ਹਾਂ ਉੱਥੇ ਇਹ ਵੀ ਆ ਵੀ ਉਹ ਆਜ਼ਾਦ ਪਸੰਦ ਹੋਵੇ ਆਜ਼ਾਦੀ ਪਸੰਦ ਹੋਵੇ ਆਜ਼ਾਦ ਸੋਚ ਰੱਖਦਾ ਹੋਵੇ ਫੈਸਲਾ ਲੈ ਕੇ ਉਹਨੂੰ ਇੰਪਲੀਮੈਂਟ ਕਰਨ ਦੀ ਜ਼ਰੂਰਤ ਕਰਦਾ ਹੋਵੇ ਹੂੰ ਹੂੰ ਤਾਂ ਹੁਣ ਜਿਹੜੀ ਅਸੀਂ ਸਾਰੇ ਇਹ ਗੱਲ ਮੰਨਦੇ ਆ ਜਿਵੇਂ ਤੁਸੀਂ ਕਿਹਾ ਵੀ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਜਾਂ ਜੋ ਕੁਝ ਵੀ ਆ ਇਹੀ ਪ੍ਰੋਬਲਮ ਆ ਵੀ ਸਾਡੀਆਂ ਸੰਸਥਾਵਾਂ ਦੇ ਵਿੱਚੋਂ ਵੀ ਉਹ ਅਸੀਂ ਇੱਕ ਦੂਜੇ ਦੇ ਧੜੇ ਦੇ ਖਿਲਾਫ ਖਲੋਤੇ ਹੋਏ ਆ ਬਿਲਕੁਲ ਗੁਰਮਤ ਫਲਸਫੇ ਦੇ ਨਾਲ ਨਹੀਂ ਖਲੋਤੇ ਹੋਏ ਹੂੰ ਹੂੰ ਜਦੋਂ ਅਸੀਂ ਗੁਰਮਤ ਫਿਲਾਸਫੀ ਦੇ ਨਾਲ ਖਲੋਵਾਂਗੇ ਉੱਥੇ ਤਾਂ ਇਹ ਗੱਲ ਆ ਵੀ ਸਭੇ ਸਾਂਝੀ ਵਾਲਸਦਾਂ ਤੂੰ ਕਿਸੇ ਨਾਲ ਦਿਸੈ ਪਈ ਪਹਿਲੀ ਗੱਲ ਪਹਿਲੇ ਮੁਹਾਜ ਉਤੇ ਅਸੀਂ ਫੇਲ ਹਾਂ ਹੂੰ ਹੂੰ ਕਿਉਂਕਿ ਅਸੀਂ ਮੰਨਦੇ ਇਹ ਮੇਰੇ ਤੜੇ ਦਾ ਉਹ ਦੂਜੇ ਤੜੇ ਦਾ ਹੂੰ ਹੂੰ ਜਦੋਂ ਅਸੀਂ ਇਸ ਗੱਲ ਨੂੰ ਲੈ ਕੇ ਚੱਲਦੇ ਵੀ ਨਹੀਂ ਗੁਰਮਤ ਕਹਿੰਦੀ ਆ ਵੀ ਨਾਨਕ ਸਤਗੁਰ ਐਸਾ ਜਾਣੀਏ ਜੋ ਸਭ ਸਾਂ ਲੈ ਮਿਲਾਏ ਸਭ ਸਾਂ ਲੈ ਮਿਲਾਏ ਮਤਬੀ ਇਦਾਂ ਦੇ ਬਾਵਜੂਦ ਵੀ ਅਸੀਂ ਕਿਵੇਂ ਇਕੱਠੇ ਬੈਹਿ ਸਕਦੇ ਹਾਂ ਹੂੰ ਹੂੰ ਇਹ ਮਾਨਸਿਕਤਾ ਨਹੀਂ ਅਸੀਂ ਅਜੇ ਸਿਰਜ ਸਕੇ ਹੂੰ ਹੂੰ ਇਹ ਦੀ ਗੁਰੂ ਕਾਲ ਤੋਂ ਬਾਅਦ ਜਿਹੜੀ ਸੀ ਜਿਉਂ-ਜਿਉਂ ਇੱਕ ਸੰਘਰਸ਼ ਵਿੱਚ ਕੌਮ ਲੰਘਦੀ ਗਈ ਇਹ ਮਾਨਸਿਕਤਾ ਸਾਡੇ ਚੋਂ ਇਸ ਤਰ੍ਹਾਂ ਗਵਾਚੀ ਵੀ ਦੁਬਾਰਾ ਇਹ ਪੈਦਾ ਨਹੀਂ ਹੋ ਸਕੀ ਇਹ ਜਿਹੜੀ ਘਾਟ ਆ ਇਹ ਸਾਡੇ ਵਿੱਚ ਕਿਸ ਤਰ੍ਹਾਂ ਆਈ ਕਿਉਂਕਿ ਅਸੀਂ ਸਿਧਾਂਤਾਂ ਤੋਂ ਟੁੱਟ ਚੁੱਕੇ ਹਾਂ ਇਹਦਾ ਇਹਦਾ ਕਾਰਨ ਆ ਜੀ ਸਾਡਾ ਜਿਹੜਾ ਅਸੀਂ ਇੱਕ ਪਾਟ ਜਿਹੜਾ ਟਾਈਮ ਦਾ ਤੈਅ ਕੀਤਾ ਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਹਾਂਜੀ ਉਹਨੇ ਸਾਡੇ ਕੋਲੋਂ ਬਹੁਤ ਕੁਝ ਖੋਇਆ ਠੀਕ ਹੈ ਅਸੀਂ ਕੇਵਲ ਗੱਲਾਂ ਕਰਦੇ ਹਾਂ ਕਿ ਸਾਡੀਆਂ ਇੰਨੀਆਂ ਸ਼ਹੀਦੀਆਂ ਹੋਈਆਂ ਸਾਡੇ ਤੇ ਇਹਨਾਂ ਜ਼ੁਲਮ ਹੋਇਆ ਹੂੰ ਹੂੰ ਫਿਜੀਕਲੀ ਸਾਨੂੰ ਹਰਟ ਕੀਤਾ ਗਿਆ ਜਾਂ ਸਾਡੇ ਇਹ ਸਾਰਾ ਕੁਝ ਨਹੀਂ ਇਸ ਸਮੇਂ ਦੌਰਾਨ ਜਿੰਨੀ ਸਾਡੀ ਫਿਲਾਸਫੀ ਦਾ ਨੁਕਸਾਨ ਹੋਇਆ ਹੂੰ ਹੂੰ ਉਹਦਾ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਠੀਕ ਹੈ ਕਿਉਂਕਿ ਕਈ ਸਾਡੀ ਜਨਰੇਸ਼ਨ ਦੇ ਜਿਹੜੇ ਕਈ ਪੜਾ ਸੀ ਅਸੀਂ ਇਸ ਦੌਰ ਚ ਤੈ ਕੀਤੇ ਠੀਕ ਹੈ ਜੀ ਉਹਦੇ ਵਿੱਚ ਸਾਡਾ ਜਿਹੜੀ ਧਾਰਮਿਕ এডਿਕੇਸ਼ਨ ਸੀਗੀ ਹੂੰ ਹੂੰ ਜਿਹਨੂੰ ਅਸੀਂ ਕਹਿੰਨੇ ਗੁਰਮਤ ਦੀ ਫਿਲਾਸਫੀ ਨੂੰ ਇੱਕ ਦੂਸਰੇ ਨਾਲ ਸਾਂਝਿਆ ਕਰਦੇ ਜਿਹੜੇ ਉਹ ਟੂਲਸ ਹੀ ਗੁਰੂ ਸਾਹਿਬ ਨੇ ਦਿੱਤੇ ਹਾਂਜੀ ਉਹ ਕਿਧਰੇ ਨਾ ਕਿਧਰੇ ਸਾਡੇ ਕੋਲੋਂ ਖੁੱਸਦੇ ਗਏ ਹੂੰ ਹੂੰ ਸਪੇਟ ਦੇ ਬੇਸ ਉੱਤੇ ਅਸੀਂ ਅੱਗੇ ਤੁਰਦੇ ਰਹੇ ਠੀਕ ਹੈ ਪਰ ਉਹ ਚੀਜ਼ਾਂ ਜਿਹੜੀਆਂ ਸੀਆਂ ਹੌਲੀ 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 ਆਪਣਾ ਰੰਗ ਵਟਾਉਂਦੀਆਂ ਗਈਆਂ ਹੂੰ ਹੂੰ ਤੇ ਜੇ ਇਹ ਹਾਲਾਤ ਸਾਡੇ ਸਾਹਮਣੇ ਨਾ ਆਉਂਦੇ ਤਾਂ ਫੇਰ ਉਹ ਪ੍ਰੋਪਰ ਕੰਮ ਚੱਲਦਾ ਰਹਿਣਾ ਸੀ ਠੀਕ ਹੈ ਉਹਦਾ ਅਜੇ ਮੇਰਾ ਖਿਆਲ ਆ ਵੀ ਸਾਡੇ ਜਿਹੜੇ ਸਕਾਲਰ ਆ ਜਾਂ ਪ੍ਰਚਾਰਕ ਆ ਜਾਂ ਅਸੀਂ ਜੋ ਵੀ ਅੱਜ ਸੁਧਾਰ ਦੀ ਗੱਲ ਕਰਨ ਵਾਲੇ ਆ ਅਸੀਂ ਉਸ ਪੀਰੀਅਡ ਨੂੰ ਪਹਿਲਾਂ ਦੇਖੀਏ ਵੀ ਕਿਵੇਂ ਕੇਵਲ ਫਿਜ਼ੀਕਲੀ ਕਿਸੇ ਕੌਮ ਤੇ ਹਮਲਾ ਨਹੀਂ ਹੁੰਦਾ ਹੂੰ ਹੂੰ ਉਹਦੇ ਨਾਲ ਨਾਲ ਉਸ ਕੌਮ ਦੀ ਮਾਨਸਿਕਤਾ ਨੂੰ ਵੀ ਉਹਦੇ ਮੂਲ ਨਾਲੋਂ ਤੋੜਨ ਵਾਸਤੇ ਪ੍ਰੋਸੈਸ ਚੱਲ ਪੈਂਦਾ ਠੀਕ ਹੈ ਜਿਵੇਂ 84 ਦੇ ਵਿੱਚ ਆਪਾਂ ਵੇਖਿਆ ਇਹ ਸਾਰਾ ਕੁਝ ਅਸੀਂ ਕੇਵਲ ਅਜੇ ਇਸ ਕੱਲੂਕਾਰੇ ਨੂੰ ਫਿਜੀਕਲੀ ਸਮਝ ਰਹੇ ਹਾਂ ਹੂੰ ਹੂੰ ਇਹਦੇ ਚੋਂ ਕਿੰਨਾ ਕੁਝ ਨਿਕਲਿਆ ਤੁਸੀਂ ਅੰਦਾਜ਼ਾ ਲਾਓ ਹੂੰ ਹੂੰ ਇਹ ਇਹਦੇ ਨਾਲ ਨਾਲ ਜਿਹੜੇ ਬਾਕੀ ਬૌਧਿਕ ਪੱਧਰ ਉੱਤੇ ਜਾਂ ਤੁਹਾਡੇ ਕਿਰਦਾਰ ਨੂੰ ਕਿਰਦਾਰ ਕੁਸ਼ੀ ਕਰਨ ਵਾਸਤੇ ਜਾਂ ਤੁਹਾਡੇ ਵਿੱਚ ਇਹੋ ਜਿਹੇ ਬੰਦੇ ਪੈਰਾਸ਼ੂਟਾਂ ਹੀ ਉਤਾਰ ਕੇ ਉਹਨਾਂ ਨੂੰ ਇੱਕ ਲਾਲਚ ਦਾ ਬਿੰਬ ਬਣਾਇਆ ਗਿਆ ਠੀਕ ਹੈ ਜਿਨ੍ਹਾਂ ਵੱਲ ਵੇਖ ਕੇ ਸਾਡੀ ਅੱਜ ਨੌਜਵਾਨ ਪੀੜ੍ਹੀ ਜਿਹੜੀ ਆ ਹੂੰ ਹੂੰ ਤੁਸੀਂ ਵੇਖੋ ਉਹਨਾਂ ਦੀ ਉਹਨਾਂ ਨੂੰ ਨਾ ਤਾਂ ਗੁਰਮੁਖ ਫਲਸਫੀ ਨਾਲ ਕੋਈ ਮਤਲਬ ਆ ਨਾ ਸਿੱਖੀ ਸ੍ਰੀ ਨਾਮ ਮਰਿਆਦਾ ਨਾਲ ਮਤਲਬ ਆ ਨਾ ਕੌਮ ਤੇ ਪੰਥ ਦਾ ਉਹਨਾਂ ਨੂੰ ਕੁਝ ਪਤਾ ਠੀਕ ਹੈ ਉਹ ਕੀ ਚਾਹੁੰਦੇ ਆ ਮੈਂ ਇਹਦੇ ਵਰਗਾ ਲੀਡਰ ਬਣ ਜਾਵਾਂ ਯਾਨੀ ਕਿ ਭੁੱਖੇ ਵਾਲੇ ਵੇਖ ਕੇ ਇੱਕ ਹੋਰ ਭੁੱਖਾ ਤਿਆਰ ਆ ਵੀ ਮੈਂ ਦੂਜਿਆਂ ਦਾ ਖੂਨ ਪੀ ਜਾਵਾਂ ਠੀਕ ਹੈ ਤੁਸੀਂ ਇੱਕ ਦੀ ਗੱਲ ਕਰਦੇ ਹੋ ਦਸਾਂ ਦੀ ਗੱਲ ਕਰ ਮਗਰ ਜਿਹੜੀ ਉਹਨਾਂ ਨੇ ਆਪਣਾ ਜਿਹੜਾ ਆਧਾਰ ਜਿੰਨਾਂ ਲੋਕਾਂ 'ਚ ਬਣਾਇਆ ਉਹਨਾਂ ਨੂੰ ਵੀ ਉਹਨਾਂ ਨੇ ਜਥਾ ਰਾਜਾ ਤਥਾ ਪਰਜਵਾ ਉਹੋ ਕੋਜੀ ਉਹਨਾਂ ਦੀ ਸੋਚ ਮਾਨਸਿਕਤਾ ਉਵੇਂ ਘੜ ਦਿੱਤੀ ਆ ਇਹ ਤਾਂ ਮਤਲਬ ਤੁਸੀਂ ਜਦੋਂ ਆਮ ਪ੍ਰਚਾਰ ਦੇ ਖੇਤਰ ਵਿੱਚ ਵੀ ਪਿੰਡਾਂ ਵਿੱਚ ਜਾਂਦੇ ਜੇ ਨੌਜਵਾਨਾਂ ਦੇ ਨਾਲ ਤੁਸੀਂ ਡਿਸਕਸ਼ਨਸ ਕਰਦੇ ਆ ਉਹਦੇ ਤੋਂ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਹਰ ਬੰਦਾ ਲੀਡਰ ਬਣਨ ਵਾਸਤੇ ਅਸੀਂ ਵੀ ਤੁਸੀਂ ਕੰਨਾਂ 'ਚ ਨਤੀਆਂ ਪਾਉਣ ਵਾਲਾ ਹੂੰ ਤੇ ਸ਼ਰਾਬ ਪੀਣ ਵਾਲਾ ਹੂੰ ਹੂੰ ਤੇ ਕਲੀਨ ਸ਼ੇਵ ਜਦੋਂ ਇਹ ਗੱਲ ਕਹਿੰਦਾ ਮੈਂ ਅਕਾਲੀ ਹਾਂ ਤੁਸੀਂ ਇਹਨੂੰ ਕਿਵੇਂ ਕੰਪੇਅਰ ਕਰੋਗੇ ਠੀਕ ਹੈ ਕੁਰਬਾਨੀਆਂ ਕਰਨ ਵਾਲੇ ਗੁਰਬਾਣੀ ਪੜ੍ਹਨ ਵਾਲੇ ਇੱਕ ਸਿੱਖ ਸਿਧਾਂਤ ਦੇ ਪਹਿਰੇਦਾਰ ਅਕਾਲੀ ਕਿਵੇਂ ਉਹਨੂੰ ਤੁਸੀਂ ਕੰਪੇਅਰ ਕਰੋਗੇ ਉਹ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ ਮਨੁੱਖ ਖਲੋਤਾ ਹੀ ਇਹ ਗੱਲ ਕਹਿ ਰਿਹਾ ਵੀ ਮੈਂ ਅੱਜ ਦਾ ਅਕਾਲੀ ਹਾਂ ਮੈਂ ਅੱਜ ਦਾ ਪੰਥਕ ਹਾਂ ਜੇ ਉਹ ਪੰਥਕ ਆ ਤਾਂ ਸਵਾਲਿਆ ਫਿਰ ਆ ਪੰਥਕ ਕੌਣ ਆ ਹੂੰ ਹੂੰ ਉਈ ਤੁਹਾਡੇ ਸਾਹਮਣੇ ਤਾਂ ਇਹ ਤਾਂ ਏਡੀ ਵੱਡੀ ਸਿਚੁਏਸ਼ਨ ਇਹਦੇ ਵਾਸਤੇ ਮੈਨੂੰ ਨਹੀਂ ਲੱਗਦਾ ਸਾਨੂੰ ਕਿਸੇ ਹੋਰ ਗਵਾਹੀ ਦੀ ਲੋੜ ਪਊਗੀ ਅੱਛਾ ਜਿਸ ਤਰ੍ਹਾਂ ਤੁਸੀਂ ਨੌਜਵਾਨਾਂ ਦੇ ਨਾਲ ਗੱਲ ਕਰਦੇ ਆ ਜਦੋਂ ਤੁਸੀਂ ਉਹਨਾਂ ਨੂੰ ਪ੍ਰੇਰਣਾ ਕਰਦੇ ਆ ਗੁਰਮਤਿ ਸਿਧਾਂਤਾਂ ਬਾਰੇ ਤੁਸੀਂ ਜਾਣ ਕਰਾਉਂਦੇ ਆ ਤੇ ਕਿੰਨੇ ਕੁ ਪਰਸੈਂਟ ਜਿਹੜੇ ਨੌਜਵਾਨ ਨੇ ਉਹ ਇਸ ਗੱਲ ਨੂੰ ਪ੍ਰਵਾਨ ਕਰਦੇ ਨੇ ਕਿਉਂਕਿ ਜਿਹੜਾ ਵਿਚਾਰ ਧਾਰਕ ਇੱਕ ਸਫਰ ਹੁੰਦਾ ਜੀ ਇਹ ਬੜਾਈ ਉਲਝਣ ਭਰਿਆ ਹੁੰਦਾ ਠੀਕ ਹੈ ਜੀ ਵੀ ਤੁਸੀਂ ਕੋਈ ਗੱਲ ਕਿਸੇ ਨਾਲ ਪਹਿਲਾਂ ਡਿਸਕਸ ਕਰਦੇ ਆ ਉਹ ਨਹੀਂ ਮੰਨਦਾ ਉਹ ਟੁੱਟ ਭੱਜ ਹੁੰਦੀ ਆ ਫਿਰ ਉਹ ਅਸੈਪਟ ਕਰਦਾ ਇਹ ਇੱਕ ਬੜਾ ਮਿਹਨਤ ਭਰਿਆ ਕੰਮ ਆ ਠੀਕ ਹੈ ਸ਼ਾਇਦ ਇਸੇ ਕਰਕੇ ਗੁਰੂ ਸਾਹਿਬ ਨੇ ਬਾਕੀ ਸਾਰੀਆਂ ਸੰਸਥਾਵਾਂ ਤੋਂ ਪਹਿਲਾਂ ਸੰਗਤ ਸਿਰਜੀ ਠੀਕ ਹੈ ਵੀ ਜੇ ਇਸ ਜਗ੍ਹਾ ਤੇ ਵਿਚਾਰ ਤਾਰਕ ਲੈਵਲ ਇਹਨਾਂ ਲੋਕਾਂ ਦਾ ਬਣ ਗਿਆ ਫਿਰ ਠੀਕ ਆ ਹੂੰ ਹੂੰ ਉਹ ਸੰਗਤ ਦਾ ਜਿਹੜਾ ਕਨਸੈਪਟ ਆ ਨਾ ਗੁਰਦੁਆਰਿਆਂ ਚ ਉਹ ਮੈਂ ਸਮਝਦਾ ਵੀ ਉਹਨੂੰ ਦੁਬਾਰਾ ਉਸੇ ਰੂਪ ਵਿੱਚ ਸੁਰਜੀਤ ਕਰਨਾ ਪਊਗਾ ਠੀਕ ਹੈ ਵੇਖੋ ਪੀੜਾਂ ਤਾਂ ਇਕੱਠੀਆਂ ਹੁੰਦੀਆਂ ਨੇ ਲੋਕ ਇਕੱਠੇ ਹੁੰਦੇ ਨੇ ਕੀਰਤਨ ਹੋ ਰਿਹਾ ਕਥਾ ਹੋ ਰਹੀ ਜੇ ਹੋ ਰਿਹਾ ਵੋ ਰਿਹਾ ਹਮ ਹਮ ਪਰ ਸਵਾਲ ਇਹ ਆ ਵੀ ਉੱਥੇ ਬੈਠੇ ਹੋਏ ਲੋਕਾਂ ਨੂੰ ਤੁਸੀਂ ਉਹਨਾਂ ਦਾ ਵਿਚਾਰ ਧਾਰਕ ਪੱਧਰ ਸਿਰਜਣ ਵਾਸਤੇ ਕੀ ਯਤਨ ਕੀਤਾ ਆਪਾਂ ਉਹਨਾਂ ਨਾਲ ਡਿਸਕਸ਼ਨ ਚ ਆਓ ਹਾਂ ਹਮ ਹਮ ਉਹ ਜਿਹੜੀ ਚੀਜ਼ ਆ ਉਹਦੇ ਰਾਈਂ ਹੀ ਸਾਡਾ ਮਸਲਾ ਹੱਲ ਹੋ ਸਕਦਾ ਤੋਂ ਮੈਂ ਇਹ ਸਮਝਦਾ ਵੀ ਜਿੱਥੇ ਜਿੱਥੇ ਅਸੀਂ ਜਾਂਦੇ ਅਸੀਂ ਅਸੀਂ ਆਪਣੇ ਵੱਲੋਂ ਤਾਂ ਇਹ ਕੋਸ਼ਿਸ਼ ਕਰ ਜੋ ਅਸੀਂ ਜਾਣਦੇ ਹਾਂ ਸਿੱਖ ਫਸਫੇ ਬਾਰੇ ਉਹਨਾਂ ਨੂੰ ਉਸੇ ਰੂਪ ਚ ਦਸੀਏ ਠੀਕ ਹੈ ਜੀ ਤਾਂ ਕਿ ਉਹ ਤੈ ਕਰ ਸਕਣ ਕਿ ਕੀ ਸਹੀ ਹੈ ਕੀ ਗਲਤ ਹੈ ਠੀਕ ਹੈ ਐਂਡ ਦੇ ਉੱਤੇ ਤੁਸੀਂ ਅ 30 ਸੈਕਿੰਡ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੇ ਆਰਗੇਨਾਈਜ਼ ਹੋ ਸਕਦੇ ਹਾਂ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਜਿੰਨੇ ਵੀ ਆਪਣੇ ਆਪ ਨੂੰ ਸਿੱਖ ਖਵਾਉਂਦੇ ਹਾਂ ਸਾਡੇ ਤੇ ਗੁਰੂ ਪਾਤਸ਼ਾਹ ਨੇ ਬਹੁਤ ਮਹਾਨ ਕਿਰਪਾ ਕਰਕੇ ਬੜੀ ਵੱਡੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਦੀ ਦਾਤ ਬਖਸ਼ੀ ਆ ਔਰ ਬੜਾ ਮਹੱਤਵਪੂਰਨ ਕੀਮਤੀ ਇਤਿਹਾਸ ਸਾਡੇ ਬਜ਼ੁਰਗਾਂ ਨੇ ਇਸ ਫਲਸਫੇ ਨੂੰ ਜੀ ਕੇ ਪੈਦਾ ਕੀਤਾ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਤੇ ਸਿੱਖ ਫਿਲਾਸਫੀ ਦੀ ਕਦਰ ਨੂੰ ਜਾਣਦੇ ਹਾਂ ਹੋਇਆ ਆਪ ਗੁਰਮਤ ਨੂੰ ਸਮਝੀਏ ਆਪ ਆਪਣੇ ਇਤਿਹਾਸ ਨੂੰ ਪੜ੍ਹੀਏ ਜਾਣੀਏ ਤੇ ਆਪਣੀ ਸੋਚ ਨੂੰ ਉਸ ਮੁਤਾਬਕ ਘੜੀਏ ਇਹਦੇ ਵਿੱਚੋਂ ਹੀ ਸਾਡਾ ਭਵਿੱਖ ਸਵਰਨਾ ਹੋਰ ਕੋਈ ਤਰੀਕਾ ਨਹੀਂ ਹੈ ਠੀਕ ਹੈ ਸਰਦਾਰ ਹਰਜਿੰਦਰ ਸਿੰਘ ਜੀ ਤੁਹਾਡਾ ਸਟੂਡੀਓ ਚ ਆਉਣ ਲਈ ਬਹੁਤ ਬਹੁਤ ਧੰਨਵਾਦ ਸੋ ਸਾਥ ਸੰਗਤ ਇਹ ਸਨ ਪਾਈ ਹਰਜਿੰਦਰ ਸਿੰਘ ਜੀ ਸਬਰਾ ਜੋ ਕਿ ਗੁਰਮੁਖਤ ਗਿਆਨ ਮਿਸ਼ਨਰੀ ਕਾਲਜ ਤੋਂ ਉੱਥੇ ਪ੍ਰੋਫੈਸਰ ਵੀ ਨੇ ਤੇ ਇਹ ਆਮ ਪਿੰਡਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਜਿਹੜੀ ਆ ਇਨਵੀਜੀਬਲ ਤੌਰ ਤੇ ਜਿਹੜੀ ਸਿੱਖਿਆ ਵੀ ਆ ਗੁਰਮੁਖੀ ਉਹਨਾਂ ਦੀ ਕੋਸ਼ਿਸ਼ ਕਰਦੇ ਨੇ ਤਾਂ ਜੋ ਕਿ ਜਾਗਰਤੀ ਜਿਹੜੀ ਲੈ ਰਿਹਾ ਉਹ ਪੈਦਾ ਹੋ ਸਕੇ ਤੇ ਇਹ ਸਮਾਂ ਤਾਂ ਸਾਨੂੰ ਇਜਾਜ਼ਤ ਨਹੀਂ ਦੇ ਨਾ ਤੇ ਬਹੁਤ ਜ਼ਿਆਦਾ ਜੀ ਕਰਦਾ ਸੀ ਵੀ ਇਹਨਾਂ ਦੇ ਨਾਲ ਹੋਰ ਵੀ ਗੱਲਾਂ ਕਰੀਏ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਫਿਰ ਦਰਸ਼ਕਾਂ ਦੇ ਸਾਹਮਣੇ ਲਿਆਵਾਂਗੇ ਤਾਂ ਜੋ ਕਿ ਗੁਰਮਤਿ ਸਾਨ ਦੀ ਹੋਰ ਸਿੱਖਿਆ ਸੰਗਤ ਦੇ ਨਾਲ ਸਾਂਝੀ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ